ਅਜਿਹੇ ਪ੍ਰੋਪੈਲਰ ਐਲਮੀਨੀਅਮ ਦੇ ਬੇਕਾਰ ਮੋਮਬੱਤੀ ਸਟੈਂਡ ਨਾਲ ਉੱਤੇ ਬਣਾਏ ਜਾ ਸਕਦੇ ਹਨ। ਦੀਵਾਲੀ ਦੇ ਦਿਨਾਂ ਵਿੱਚ ਕਈ ਮੋਮਬੱਤੀਆਂ ਵਰਤੀਆਂ ਜਾਂਦੀਆਂ ਹਨ ਅਤੇ ਬਾਅਦ ਵਿੱਚ ਇਹਨਾਂ ਦੇ ਸਟੈਂਡ ਸੁੱਟ ਦਿੱਤੇ ਜਾਂਦੇ ਹਨ। ਇਸ ਸਟੈਂਡ ਵਿੱਚ 16 ਕੱਟ ਲਗਾਓ ਅਤੇ ਹੁਣ ਬਲੇਡ ਵਰਗੇ ਬਣੇ ਆਕਾਰ ਨੂੰ ਇੱਕੋ ਦਿਸ਼ਾ ਵਿੱਚ ਮਰੋੜ ਕੇ ਇੱਕ ਪ੍ਰੋਪੈਲਰ ਬਣਾਓ। ਵਿਚਕਾਰ ਇੱਕ ਗਲੀ ਕਰੋ ਅਤੇ ਇੱਕ ਕੈੜਾ ਸਟਰੋ ਵਿੱਚ ਫਸਾ ਦਿਓ ਤਾਂ ਜੋ ਉਹ ਫੜਿਆ ਜਾ ਸਕੇ। ਇੱਕ ਟੀ ਸਿਰੇ ਵਾਲੇ ਪਿੰਨ ਨੂੰ ਸਟਰੋ ਦੇ ਅੰਤ ਵੱਲ ਫਸਾਓ ਅਤੇ ਫੂਕ ਮਾਰੋ। ਮੋਮਬੱਤੀ ਸਟੈਂਡ ਬੜੀ ਤੇਜ਼ੀ ਨਾਲ ਘੁੰਮੇਗਾ। ਹੁਣ ਦੋ ਅਜਿਹੇ ਪ੍ਰੋਪੈਲਰ ਉਸੇ ਕੈੜੇ ਸਟਰੋ 'ਤੇ ਲਗਾਓ ਅਤੇ ਸਟਰੋ ਦੇ ਮੱਧ ਵਿੱਚ ਇੱਕ ਮੋਰੀ ਕਰੋ। ਜਦ ਫੂਕ ਮਾਰੋਗੇ ਦੋਨੇ ਪ੍ਰੋਪੈਲਰ ਘੁੰਮਣਗੇ। ਅਜਿਹੇ ਦੋ ਸਟਰੋ ਜਿਨ੍ਹਾਂ ਨਾਲ ਪੱਖੇ ਲੱਗੇ ਹੋਣ, ਜੇਕਰ ਅਸੀਂ ਦਿਖਾਏ ਤਰੀਕੇ ਅਨੁਸਾਰ ਲਗਾਈਏ, ਇਹ ਲੱਕੜ ਦੇ ਹੈਂਡਲ 'ਤੇ ਲਗਾ ਦਈਏ ਅਤੇ ਇਹ ਪੰਜਵਾਂ ਪ੍ਰੋਪੈਲਰ ਵਿਚਕਾਰ ਲਗਾ ਦਈਏ ਤਾਂ ਫੂਕ ਮਾਰਨ 'ਤੇ ਸਿਰੇ ਦੇ ਚਾਰ ਪ੍ਰੋਪੈਲਰ ਤੇਜ਼ ਘੁੰਮਣਗੇ। ਇਸ ਲਈ ਇੱਕ ਸਟੈਂਡ ਬਣਾਓ ਜਿਸ ਵਿੱਚ ਸਟਰੋ ਇੱਕ ਪਲਾਸਟਿਕ ਕੈਨ 'ਤੇ ਲੱਗਾ ਹੋਵੇ। ਇੱਕ ਪ੍ਰੋਪੈਲਰ ਪੁਰਾਣੀ ਪਲਾਸਟਿਕ ਬੋਤਲ ਨਾਲ ਬਣਾਓ। ਇਸ ਦੇ ਢੱਕਣ ਵਿੱਚ ਮੋਰੀ ਕਰੋ ਤਾਂ ਜੋ ਇਹ ਆਰਾਮ ਨਾਲ ਵਿੱਚ ਘੁੰਮਦਾ ਰਹੇ ਅਤੇ ਬੋਤਲ ਪ੍ਰੋਪੈਲਰ ਨੂੰ ਸਟਰੋ 'ਤੇ ਬਣਾਓ। ਫਿਰ ਇੱਕ ਇਹ ਪੂਰਾ ਘੁੰਮਣ ਵਾਲਾ ਸਟੈਂਡ ਪਿੱਛੇ ਸਟਰੋ ਨਾਲ ਮਿਲਾਓ। ਇੱਕ ਪੰਜ ਪ੍ਰੋਪੈਲਰਾਂ ਵਾਲਾ ਖਿਡੌਣਾ ਤਿਆਰ ਹੈ। ਇਹ ਪੱਖੇ ਹੇਠ ਰੱਖਣ 'ਤੇ ਬਹੁਤ ਸੁੰਦਰਤਾ ਨਾਲ ਘੁੰਮੇਗਾ ਅਤੇ ਵਧੀਆ ਲੱਗੇਗਾ।